ਪਾਣੀ ਪੀ, ਉੱਠੋ ਪਾਣੀ ਪੀ ਲਓ, ਪਾਣੀ ਪੀ ਲਾ ਬੇਬੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਲੁਧਿਆਣੇ ਸ਼ਹਿਰ ਦੇ ਵਿੱਚ ਖੜ੍ਹੇ ਹਾਂ ਜੀ, ਸਾਹਮਣੇ ਹੰਸਲ ਪਲਾਜ਼ਾ ਵਾ, ਇਸ ਸਾਈਡ ਆਰਤੀ ਚੌਂਕ ਆ, ਇੱਧਰ ਸਾਹਮਣੇ ਲਿਬੜਾ ਹੈਲਥ ਕਲੱਬ ਆ ਜੀ, ਇੱਥੇ ਪਹਿਲਾਂ ਕਾਕਾ ਮੈਰਿਜ ਪੈਲਸ ਹੁੰਦਾ ਸੀ, ਹੁਣ ਜੈਸ ਬੈਂਕ ਆ, ਸਰਕਟ ਹਾਊਸ ਆ ਨੇੜੇ ਹੀ ਬਿਲਕੁਲ, ਅਤੇ ਬਿਲਕੁਲ ਸਾਹਮਣੇ ਸਾਡੇ ਲੁਧਿਆਣੇ ਦੇ ਕੋਨਸਟੀਚੁਐਂਸੀ ਤੋਂ ਜਿਹੜੇ ਇਲੈਕਸ਼ਨ ਲੜੇ ਆ ਉਮੀਦਵਾਰ, ਉਹਨਾਂ ਦਾ ਦਫ਼ਤਰ ਆ ਜੀ ਇਹ, ਅਤੇ ਜਾਣੀ ਕਿ ਉੱਥੇ ਇਹ ਮਾਂ ਦੱਸਦੇ ਪਿਛਲੇ 5-6 ਦਿਨਾਂ ਤੋਂ ਕਿਤੇ ਉੱਥੇ ਪਏ ਹੁੰਦੇ ਆ, ਕਿਤੇ ਇੱਥੇ ਪੈ ਜਾਂਦੇ, ਕਿਤੇ ਉੱਥੇ ਪੈ ਜਾਂਦੇ, ਪਿਛਲੇ 3 ਦਿਨਾਂ ਤੋਂ ਤਾਂ ਬਿਲਕੁਲ ਡਿਸੇਬਲ ਹੋ ਗਏ ਇਹ। ਤੁਸੀਂ ਇਹਨਾਂ ਦੇ ਹਾਲਾਤ ਦੇਖੋ, ਇਹ ਸਾਡੇ ਪੰਜਾਬ ਦੀਆਂ ਮਾਵਾਂ ਇਹ ਹਾਲਾਤ ਦੇ ਵਿੱਚ ਪਹੁੰਚ ਗਈਆਂ। ਦੇਖੋ ਇਹ ਵੀਰ ਜੈਸ ਬੈਂਕ ਵਾਲੇ ਵੀਰਾਂ ਨੇ ਸਾਨੂੰ ਅੱਜ ਸਵੇਰੇ ਫੋਨ ਕੀਤਾ, ਇੱਧਰੋਂ ਇਹ ਬਾਈ ਜੀ ਆ ਸਾਡਾ ਵੀਰ, ਇਹਨਾਂ ਨੇ ਸਾਨੂੰ ਫੋਨ ਕੀਤਾ ਪਰਸੋਂ ਰਾਤ, ਅਤੇ ਜਾਣੀ ਕਿ ਕੱਲ੍ਹ ਅਸੀਂ ਦਿਨੇ ਆ ਨਹੀਂ ਸਕੇ। ਅੱਜ ਆ ਦੇਖੋ ਹਾਲਾਤ, ਮਾਤਾ ਦੇ ਸਿਰ ਦੇ ਦੇਖੋ ਤੁਸੀਂ ਪਹਿਲਾਂ, ਸਿਰ ਦੇ ਵਿੱਚ ਕਿੱਦਾਂ ਟੋਇਲਟ ਲੱਗੀ ਹੋਈ ਆ, ਗੰਦ ਲੱਗਿਆ ਹੋਇਆ, ਅਤੇ ਵੱਡੀ ਸਭ ਤੋਂ ਗੱਲ ਦੇਖੋ ਜੂਆਂ ਅਤੇ ਚਿੱਚੜ ਆ, ਦੇਖੋ ਕਿਵੇਂ ਆ, ਦੇਖੋ ਆ ਫੜ ਕੇ ਰੱਖ ਮਾਤਾ ਜੀ, ਆ ਦੇਖੋ ਜੂਆਂ ਅਤੇ ਚਿੱਚੜਾਂ ਨੇ ਮਾਤਾ ਨੂੰ ਕਿਵੇਂ ਖਾਈ ਜਾ ਰਹੀਆਂ, ਆ ਦੇਖੋ ਕਿੱਡੀਆਂ ਕਿੱਡੀਆਂ ਜੂਆਂ, ਆ ਮਾਤਾ ਦੇਖੋ ਕਿੱਦਾਂ ਵੱਢੀ ਜਾਂਦੀ ਆਪਦੇ ਆਪ ਨੂੰ ਵਿਚਾਰੀ। ਅਤੇ ਇਹ ਸਾਡੇ ਪੰਜਾਬ ਦੇ ਵਿੱਚ, ਸਾਡੇ ਸੋਹਣੇ ਹਿੰਦੁਸਤਾਨ ਦੇ ਵਿੱਚ ਜਿੱਥੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ ਲਾਇਆ ਜਾਂਦਾ, ਆ ਦੇਖੋ ਮਾਤਾ ਜੀ ਨੇ ਹੁਣੇ ਖਾਜ ਕਰਕੇ ਖੂਨ ਕੱਢ ਲਿਆ ਆਪਦੇ ਵਿਚਾਰੀ ਨੂੰ, ਇੱਦਾਂ ਵੱਢਦੀ ਆ ਮਾਤਾ ਨੌਹਾਂ ਦੇ ਨਾਲ, ਜਾਂ ਜਟਾਵਾਂ ਸਿਰ ਦੇ ਵਿੱਚ ਆ ਸਾਰਿਆਂ, ਦੇਖੋ ਖੂਨ ਕਿੱਦਾਂ ਲੱਗਿਆ ਹੋਇਆ, ਇਸ ਸਾਈਡ ਸਾਰੇ ਆ ਮਾਤਾ ਜੀ ਦੇ ਬਲੱਡ ਲੱਗਿਆ ਹੋਇਆ, ਅਤੇ ਆਹ ਮਾਤਾ ਜੀ ਦੇ ਸਿਰ ਦੇ ਵਿੱਚ ਜਾਣੀ ਕਿ ਸਾਰੇ ਵਾਲ ਪੱਟ ਤੇ ਮਾਤਾ ਨੇ, ਕਿਉਂਕਿ ਖਾਜ ਕਰ ਕਰਕੇ ਖਿੱਚੀ ਜਾਂਦੀ ਆ ਬੇਬੇ, ਅਤੇ ਖਿੱਚ ਖਿੱਚ ਕੇ ਮਾਤਾ ਨੇ ਆਪਦੇ ਸਿਰ ਨੂੰ ਕਿਸ ਹਾਲਾਤ ਦੇ ਵਿੱਚ ਪਹੁੰਚਦਾ ਕੀਤਾ ਹੋਇਆ, ਆ ਦੇਖੋ ਕਿਵੇਂ ਨੋਹਾਂ ਨਾਲ ਵੱਢੀ ਜਾਂਦੀ, ਅਤੇ ਆਹ ਦੇਖੋ ਖੰਡਾ ਪਾਇਆ ਹੋਇਆ ਜੀ, ਮਾਲਾ ਪਾਈ ਹੋਈ ਹੈ ਮਾਤਾ ਦੇ ਗਲ ਦੇ ਵਿੱਚ, ਅਤੇ ਮਾਤਾ ਪੰਜਾਬੀ ਬੋਲਦੇ ਆ, ਕਿਤੇ ਇਹ ਨਾ ਸੋਚਿਓ ਵੀ ਮਾਤਾ ਕਿਸੇ ਹੋਰ ਗ੍ਰਹਿ ਤੋਂ ਆਈ ਆ, ਵੀ ਕਿਸੇ ਹੋਰ ਲੈਂਗੁਏਜ ਤੋਂ ਇਹ, ਅਤੇ ਮਾਤਾ ਕਿਤੇ ਇਹ ਨਾ ਸੋਚਿਓ ਵੀ ਇਹ ਸੀਰੀਆ ਦੇ ਵਿੱਚ ਪਈ ਆ, ਜਾਂ ਕਿਤੇ ਇੱਥੇ ਉੱਥੇ ਜੰਗਾਂ ਲੜਾਈਆਂ ਚੱਲਦੀਆਂ ਮੈਕਸੀਕੋ ਦੇ ਵਿੱਚ, ਕਿਤੇ ਇੱਦਾਂ ਦੇ ਹਾਲਾਤਾਂ 'ਚ ਪਈ ਆ ਮਾਤਾ। ਇਹ ਪੰਜਾਬ ਆ ਜੀ, ਇਹ ਪੰਜਾਬ ਸਾਡਾ ਹਿੰਦੁਸਤਾਨ ਦਾ ਅੰਨਦਾਤਾ ਕਹਾਉਣ ਵਾਲਾ ਪੰਜਾਬ ਆ, ਜਿੱਥੇ ਇਲੈਕਸ਼ਨਾਂ ਦਾ ਐਡਾ ਵੱਡਾ ਹੁਣ ਢੋਲ ਪਿੱਟ ਕੇ ਸਾਡੇ ਨੇ ਸਾਡੇ ਲੀਡਰ, ਕਰੋੜਾਂ ਰੁਪਈਆ ਅਰਬਾਂ ਰੁਪਈਆ ਅਸੀਂ ਐਡਵਰਟਾਈਜਮੈਂਟ 'ਤੇ ਲਾਤਾ, ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਬੋਰਡ ਨਹੀਂ ਲੱਗਿਆ, ਹਰੇਕ ਉਮੀਦਵਾਰ ਨੇ ਆਪੋ ਆਪਣਾ ਢੋਲ ਚੱਕਿਆ ਹੋਇਆ, ਹਰੇਕ ਕਹਿੰਦਾ ਜਿਹੜੇ ਇਸ ਟਾਈਮ ਰੂਲਿੰਗ ਪਾਰਟੀ 'ਚ ਆ ਉਹ ਕਹਿੰਦੇ ਇਸ ਤੋਂ ਵਧੀਆ ਪੰਜਾਬ ਕਦੇ ਹੋਇਆ ਹੀ ਨਹੀਂ, ਜਿਹੜੇ ਆਪੋਜੀਸ਼ਨ 'ਚ ਆ ਉਹ ਕਹਿੰਦੇ ਇਸ ਤੋਂ ਮਾੜਾ ਕਦੇ ਹੋਇਆ ਨਹੀਂ, ਵੀ ਅਸੀਂ ਵਧੀਆ ਕਰਾਂਗੇ। ਪਹਿਲਾਂ ਉਹ ਵੀ ਰਹਿ ਕੇ ਗਏ ਆ, ਅਗਲਿਆਂ 'ਚ ਵੀ ਉਹਨਾਂ ਨੇ ਆ ਜਾਣਾ, ਟਰਨ ਬਾਈ ਟਰਨ ਸਾਨੂੰ ਖਾਈ ਜਾਂਦੇ ਲੁੱਟੀ ਜਾਂਦੇ ਆ, ਪਰ ਇਹਨਾਂ ਵਾਸਤੇ ਕੌਣ ਕੀ ਕਰਦਾ। ਸਾਨੂੰ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ, ਫਰੀ ਇਲਾਜ ਅਤੇ ਇੱਕ ਰੋਜ਼ਗਾਰ, ਇਹ ਤਿੰਨੇ ਚੀਜ਼ਾਂ ਇਕੱਲੀਆਂ ਮੁਹੱਈਆ ਕਰਾ ਦੇਣ ਨਾ ਲੀਡਰ ਸਾਡੇ, ਤਾਂ ਆਹ ਹਾਲਾਤ ਨਾ ਹੋਣ ਸਾਡੇ ਨਾਲ, ਆਹ ਸਿਸਟਮ ਨਾ ਹੋਵੇ ਸਾਡੇ ਨਾਲ। ਅੱਜ ਇਹਨੂੰ ਚੱਕ ਕੇ ਮਾਤਾ ਨੂੰ ਜੇ ਸਾਰੇ ਤੁਹਾਡਾ ਕੀ ਨਾ, ਲੱਡੂ ਹੋਵੇ, ਲੱਡੂ ਵੀਰ ਇਹਨਾਂ ਨੇ ਦੱਸਿਆ, ਗੁਰਪ੍ਰੀਤ ਵੀਰ ਸਾਡਾ ਹੈਗਾ, ਉਹਦਾ ਵੀਰ ਦਾ ਇਹ ਭਰਾ ਵਾ ਛੋਟਾ, ਅਤੇ ਸਾਡੇ ਜਾਣੀ ਕਿ ਇਹਨਾਂ ਵੀਰਾਂ ਨੂੰ ਤਾਂ ਦਿਸ ਗਈ ਮਾਤਾ, ਸਿਸਟਮ ਨੂੰ ਕਿਉਂ ਨਹੀਂ ਦਿਖੀ, ਸਿਸਟਮ ਕਿਉਂ ਇਸ ਚੀਜ਼ ਦੀ ਵੇਟ ਕਰ ਰਿਹਾ ਵੀ ਇਹ ਮਰੂਗੀ ਤਾਂ ਅਸੀਂ ਆ ਕੇ ਲੈ ਕੇ ਜਾਵਾਂਗੇ। ਸਿਸਟਮ ਤੁਸੀਂ ਯਕੀਨ ਮੰਨਿਓ, ਜੇ ਮਾਤਾ ਜੀ ਅੱਜ ਹੁਣ ਇਹਨਾਂ ਦੀ ਡੈਥ ਹੋ ਜਾਵੇ, ਇੰਨਾ ਚੁਸਤਾ ਸਿਸਟਮ ਸਾਡਾ, ਅੱਧੇ ਘੰਟੇ ਦੇ ਵਿੱਚ ਇਹਦੀ ਡੈਡ ਬੋਡੀ ਨੂੰ ਚੱਕ ਕੇ ਲੈ ਜਾਣਗੇ, ਅਤੇ ਉੱਥੇ ਸਿਵਲ ਹਸਪਤਾਲ ਦੇ ਵਿੱਚ ਮੋਰਚਰੀ ਬਣੀ ਆ, ਇੱਕ ਲਾਸ਼ਾਂ ਦਾ ਢੇਰ ਲੱਗਿਆ ਹੋਇਆ, ਇੱਕ ਉਸ ਢੇਰ 'ਤੇ ਲਿਜਾ ਕੇ ਮਾਤਾ ਨੂੰ ਸਿੱਟ ਦੇਣਗੇ, ਅਤੇ 10 ਦਿਨਾਂ ਬਾਅਦ 20 ਦਿਨਾਂ ਬਾਅਦ ਵਾਰੀ ਆਊਗੀ ਮਾਤਾ ਦੀ, ਕੋਈ ਸਮਾਜ ਸੇਵੀ ਬੰਦਾ ਜਾਂ ਕਿਸੇ ਨੂੰ ਮੰਗਾਰ ਪਾ ਕੇ ਮਾਤਾ ਦਾ ਸੰਸਕਾਰ ਕਰਾਉਣਗੇ ਉਹ। ਜਾਣੀ ਕਿ ਅਸੀਂ ਤੁਹਾਨੂੰ ਇੰਨਾ ਭਾਸ਼ਣ ਦੇਣ ਦਾ ਮਤਲਬ ਸਾਡਾ ਇਹ ਨਹੀਂ ਹੈਗਾ ਵੀ ਅਸੀਂ ਤੁਹਾਨੂੰ ਕੁਝ ਸਿਖਾਉਣਾ ਚਾਹੁੰਦੇ, ਤੁਸੀਂ ਬੜੇ ਸਿਆਣੇ ਹੋ ਸਾਰੇ, ਪਰ
ਅਸੀਂ ਕਦੋਂ ਉੱਠਾਂਗੇ, ਕਦੋਂ ਇਕੱਠੇ ਹੋਵਾਂਗੇ। ਇਹਨਾਂ ਦੀ ਕੋਈ ਜੂਨੀਅਰ ਨਹੀਂ ਹੈਗੀ ਮਾਤਾ ਜੀ ਹੁਣਾਂ ਦਾ, ਇਹਨਾਂ ਦੇ ਜਿਹੜੇ ਸੜਕਾਂ 'ਤੇ ਲਵਾਰਸ ਪਏ ਆ ਇਨਸਾਨ, ਇਹਨਾਂ ਦਾ ਕੋਈ ਟ੍ਰੇਡ ਯੂਨੀਅਨ ਨਹੀਂ ਹੈਗਾ ਵੀ ਇਹ ਆਪਦਾ ਹੱਕ ਮੰਗ ਲੈਣਗੇ। ਇਹਨਾਂ ਦੀ ਵੋਟ ਵੀ ਹੈ ਨਹੀਂ ਨਾ ਸਪੋਰਟ ਆ। ਮਾਤਾ ਨੇ ਵੋਟ ਨਹੀਂ ਪਾਈ ਆ, ਦੇਖੋ ਉਂਗਲੀ 'ਤੇ ਕੋਈ ਨਿਸ਼ਾਨ ਨਹੀਂ ਲੱਗਿਆ, ਲੈਟਰੀਨ ਤੋਂ ਬਿਨਾਂ ਟੋਇਲਟ ਤੋਂ ਬਿਨਾਂ ਕੁਛ ਨਹੀਂ ਲੱਗਿਆ ਉਂਗਲਾਂ 'ਤੇ, ਆਪਣੀ ਹੀ ਟੋਇਲਟ 'ਤੇ ਆਪਣਾ ਹੀ ਖੂਨ ਮਾਤਾ ਵੱਢ ਵੱਢ ਕੇ ਨੋਹਾਂ ਦੇ ਵਿੱਚ ਪਾਈ ਜਾਂਦੀ ਆ, ਦੇਖੋ ਕੀ ਲੱਗਿਆ ਹੋਇਆ। ਥੱਲਿਓਂ ਸਲਵਾਰ ਵੀ ਨਹੀਂ ਪਾਈ, ਬਿਨਾਂ ਕੱਪੜਿਆਂ ਤੋਂ ਮਾਂ ਇੱਥੇ ਪਈ ਆ ਵਿਚਾਰੀ। ਸਿਰ ਦੇ ਹਾਲਾਤ ਤੁਸੀਂ ਦੇਖ ਲਿਆ ਕੇਸਾਂ ਦੇ ਕੀ ਆ। ਆਹ ਚੂੜੀਆਂ ਪਾਈਆਂ ਸੁਹਾਗ ਮਾਤਾ ਦਾ ਪਤਾ ਨਹੀਂ ਕਿੱਥੇ ਆ, ਪਤਾ ਨਹੀਂ ਹੈਗਾ ਵੀ ਆ ਕਿ ਨਹੀਂ ਹੈਗਾ, ਅਤੇ ਮਾਤਾ ਦੇ ਬੱਚੇ ਪਤਾ ਨਹੀਂ ਹੈਗੇ ਆ ਵੀ ਕਿ ਨਹੀਂ ਹੈਗੇ। ਮਾਤਾ ਨੇ ਗਲ 'ਚ ਮਾਲਾ ਪਾਈ ਹੋਈ ਆ, ਖੰਡਾ ਖੰਡਾ ਪਾਇਆ ਹੋਇਆ, ਪਰ ਖੂਨ ਨਾਲ ਚੂਈ ਜਾਂਦੀ ਆ, ਜੂਆਂ 'ਤੇ ਚਿੱਚਣਾ ਤੋਂ ਖੂਨ ਮਾਤਾ ਦਾ ਖਾਧਾ ਜਾ ਰਿਹਾ। ਦੇਖੋ ਆਹ ਮਾਂ ਦਾ ਸਿਰ ਦੇ ਹਾਲਾਤ ਆ, ਸਾਡੇ ਪੰਜਾਬ ਦੇ ਵਿੱਚ ਹੀ ਖੜ੍ਹੇ ਹਾਂ ਜੀ ਅਸੀਂ, ਅਤੇ ਇੱਥੇ ਸੇਵਾ ਕਰਨ ਵਾਲਿਆਂ ਦੇ ਜੁੱਤੀਆਂ ਪੈਂਦੀਆਂ। ਤੁਸੀਂ ਮਾਤਾ ਨੂੰ ਪਾ ਲਓ ਥੋੜ੍ਹਾ ਜਿਹਾ, ਮੈਨੂੰ ਪਾ ਲਓ, ਆਪਾਂ ਨੇ ਗੱਡੀ ਨੇੜੇ ਕਰੋ, ਲਿਆਓ ਗੱਡੀ ਭੱਜ ਕੇ, ਗੱਡੀ ਫਟਾਫਟ ਗੱਡੀ ਲਿਆਓ। ਅਤੇ ਇਹ ਮਾਤਾ ਜੀ ਦੇ ਹਾਲਾਤਾਂ ਨੂੰ ਦੇਖ ਕੇ ਇੱਦਾਂ ਲੱਗਦਾ ਵੀ ਪਤਾ ਨਹੀਂ ਕਿੰਨਾ ਸਮਾਂ ਬਚਿਆ ਵਿਚਾਰੀ ਕੋਲ। ਇਹਨੂੰ ਅਸੀਂ ਹੋਸਪਿਟਲ ਲੈ ਕੇ ਜਾ ਰਹੇ ਹਾਂ ਜੀ, ਪਰ ਸਾਡਾ ਸਿਸਟਮ, ਸਾਡਾ ਹੈਲਥ ਡਿਪਾਰਟਮੈਂਟ ਕੰਨਾਂ ਦੇ ਵਿੱਚ ਰੂੰ ਦੇ ਕੇ ਸੁੱਤਾ ਪਿਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇੱਥੇ ਜਿੰਨੇ ਬੰਦੇ ਮਰਜ਼ੀ ਮਰੀ ਜਾਣ, ਕੋਈ ਫਰਕ ਨਹੀਂ ਪੈਂਦਾ। ਮਰਨ ਤੋਂ ਬਾਅਦ ਜਾ ਕੇ ਲਾਸ਼ਾਂ ਦੇ ਢੇਰ 'ਤੇ ਤੁਹਾਨੂੰ ਜਿਵੇਂ ਦੱਸਿਆ ਸੁੱਟ ਦਿੰਦੇ ਨੂੰ ਲਿਜਾ ਕੇ। ਇਹ ਮਾਂ ਆਪਣਾ ਕੋਈ ਐਡਰੈਸ ਨਹੀਂ ਦੱਸ ਰਹੀ, ਇਹਦੇ ਬਾਰੇ 'ਚ ਕੁਛ ਨਹੀਂ ਪਤਾ ਕਿਸੇ ਨੂੰ ਵੀ ਇਹ ਕੌਣ ਆ, ਕਿੱਥੋਂ ਆਈ ਆ, ਕੀ ਨਾਮ ਆ ਇਹਦਾ। ਪਤਾ ਨਹੀਂ ਕਿੰਨੇ ਸਵਾਸ ਬਚੇ ਆ ਵਿਚਾਰੀ ਦੇ, ਅਤੇ ਇਹਦਾ ਨਾਮ ਵੀ ਨਹੀਂ ਪਤਾ। ਯਾਨੀ ਕਿ ਅਸੀਂ ਕਿਹਨੂੰ ਜ਼ਿੰਮੇਵਾਰ ਕਹਿੰਦੇ ਹਾਂ? ਅਸੀਂ ਭਾਈ ਘਨੱਈਆ ਜੀ ਦੇ ਵਾਰਸ ਹਾਂ, ਜਿਨ੍ਹਾਂ ਨੇ ਦੁਸ਼ਮਣਾਂ ਨੂੰ ਵੀ ਚੱਕ ਚੱਕ ਕੇ ਗੱਲ ਨਾਲ ਲਾਇਆ, ਉਹਨਾਂ ਨੇ ਮੱਲਮ ਪੱਟੀਆਂ ਕੀਤੀਆਂ। ਅਸੀਂ ਭਗਤ ਪੂਰਨ ਸਿੰਘ ਜੀ ਦੇ ਵਾਰਸ ਹਾਂ, ਜਿਨ੍ਹਾਂ ਨੇ ਇੱਦਾਂ ਦੇ ਇਨਸਾਨਾਂ ਨੂੰ ਸੜਕਾਂ ਤੋਂ ਚੱਕ ਚੱਕ ਕੇ ਉਹਨਾਂ ਦੇ ਕੀੜੇ ਕੱਢੇ, ਉਹਨਾਂ ਦਾ ਇਲਾਜ ਕਰਵਾਏ, ਅਤੇ ਸਾਡੇ ਗੁਰੂਆਂ ਨੇ ਆਪਦਾ ਆਪ ਵਾਰਤਾ। ਚਾਹੇ ਉਹ ਹਿੰਦੂ ਧਰਮ ਆ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਈਸਾਈ ਆ, ਹਰ ਇੱਕ ਧਰਮ ਦੇ ਵਿੱਚ ਇੱਕੋ ਹੀ ਗੱਲ ਸਿਖਾਈ ਗਈ ਆ ਵੀ ਇਨਸਾਨੀਅਤ ਨੂੰ ਪੂਜੋ, ਰੱਬ ਇਨਸਾਨ ਦੇ ਅੰਦਰ ਆ ਜੀ। ਅਤੇ ਆਪਾਂ ਕਿਹਨੂੰ ਪੂਜਦੇ ਹਾਂ ਜੀ? ਮਾਇਆ ਨੂੰ ਜੀ, ਪੈਸੇ ਨੂੰ ਪੂਜ ਰਹੇ ਹਾਂ ਅਸੀਂ। ਅੱਜ ਸਵੇਰ ਤੋਂ ਸ਼ਾਮ ਤੱਕ ਹਰ ਇੱਕ ਬੰਦਾ ਇਸੇ ਦੌੜ 'ਚ ਲੱਗਿਆ, ਸ਼ੋਹਰਤ ਫੋਕੀ ਅਤੇ ਪੈਸਾ ਲੈ ਕੇ ਅਸੀਂ ਢੋਣ ਪਿੱਟ ਰਹੇ ਹਾਂ। ਜਿਹੜੇ ਸਰਕਾਰਾਂ ਸਾਡੀਆਂ, ਸਾਡੇ ਲੀਡਰ ਜਿਹੜੇ ਅਸੀਂ ਮੂਹਰੇ ਲਾਏ ਹੋਏ ਆ, ਉਹ ਸਾਡੇ ਤੋਂ ਵੀ ਜ਼ਿਆਦਾ ਭੁੱਖੇ ਆ। ਉਹਨਾਂ ਨੂੰ ਪਤਾ ਨਹੀਂ, ਜਿੱਤਣ ਤੋਂ ਬਾਅਦ ਸਿਰਫ ਇਹੀ ਹੁੰਦਾ ਵੀ ਹੁਣ ਅਗਲੀ ਵਾਰੀ ਜਿੱਤਣਾ। ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਅਸੀਂ ਜਿੱਤੇ ਸੀ, ਜਿਹੜੇ ਵਾਅਦੇ ਕੀਤੇ ਸੀ, ਜਿਹੜੇ ਮੈਨੀਫੈਸਟੋ 'ਚ ਅਸੀਂ ਚੀਜ਼ਾਂ ਲਿਖੀਆਂ ਸੀ। ਚਾਹੇ ਕੋਈ ਵੀ ਪਾਰਟੀ ਆ, ਅਸੀਂ ਸਾਰੀਆਂ ਪਾਰਟੀਆਂ ਨੂੰ ਮਾੜਾ ਕਹਿੰਦੇ ਹਾਂ, ਕਿਉਂਕਿ ਸਾਰੀਆਂ ਨੇ ਰਾਜ ਕੀਤਾ, ਕਿਸੇ ਨੇ ਕੁਛ ਨਹੀਂ ਕੀਤਾ। ਕੋਈ ਵੀ ਚਾਹੇ ਲੀਡਰ ਆ, ਚਾਹੇ ਸਾਡੇ ਬਿਊਰੋਕਰੇਟ ਆ, ਸਿਸਟਮ ਆ, ਅੱਜ ਤਾਂ ਸਾਡੇ 'ਤੇ ਇੱਦਾਂ ਦਾ ਸਿਸਟਮ ਆਇਆ ਪਿਆ ਵੀ ਸਾਡੇ ਗੁਰੂਆਂ ਨੂੰ ਵੀ ਖਤਰਾ। ਪੰਜਾਬ ਦੇ ਵਿੱਚ ਗੁਰੂ ਸਾਹਿਬ, ਸਾਡੇ 11ਵੇਂ ਗੁਰੂ, ਗੁਰੂ ਗ੍ਰੰਥ ਸਾਹਿਬ, ਚਾਹੇ ਗੀਤਾ ਚਾਹੇ ਕੁਰਾਨ ਆ, ਉਹਨਾਂ ਦੀ ਸਾਨੂੰ ਰਾਖੀ ਕਰਨੀ ਪੈ ਰਹੀ ਆ। ਉਹਨਾਂ ਨੂੰ ਚੱਕ ਚੱਕ ਕੇ ਪਤਾ ਨਹੀਂ ਕੌਣ ਇਨਸਾਨ ਉਹ ਪਾੜਦੇ ਆ। ਸਾਡੇ 11ਵੇਂ ਗੁਰੂ, ਅਸੀਂ ਉਹਨਾਂ ਨੂੰ ਯਾਨੀ ਕਿ 11ਵੇਂ ਗੁਰੂ ਮੰਨਦੇ ਹਾਂ, ਅੱਜ ਉਹਨਾਂ ਦੇ ਅੰਗ ਪਾੜ ਪਾੜ ਕੇ ਨਾਲੀਆਂ 'ਚ ਸੁੱਟਤੇ। ਸਾਡੀ SGPC ਨੂੰ ਐਲਾਨ ਕਰਨਾ ਪਿਆ ਵੀ ਸਾਨੂੰ ਰਾਖੀ ਕਰਨ ਦੀ ਲੋੜ ਆ ਗੁਰੂ ਗ੍ਰੰਥ ਸਾਹਿਬ ਦੀ। ਜਿਨ੍ਹਾਂ ਨੇ ਸਾਡੀ ਰਾਖੀ ਕਰਨੀ, ਅਸੀਂ ਉਹਨਾਂ ਦੀ ਰਾਖੀ 'ਤੇ ਲੱਗੇ ਹੋਏ ਹਾਂ। SGPC ਨੂੰ ਸ਼ਰਮ ਆਉਣੀ ਚਾਹੀਦੀ ਆ। ਅਸੀਂ ਬੇਨਤੀ ਕਰਦੇ ਹਾਂ, ਕਈ ਵੀਰ ਨਾਰਾਜ਼ ਵੀ ਹੁੰਦੇ ਆ ਇਸ ਗੱਲ ਤੋਂ ਵੀ ਅਸੀਂ ਗੁਰੂ ਘਰ ਦੇ ਬਾਰੇ 'ਚ ਗਲਤ ਬੋਲਦੇ ਹਾਂ। ਅਸੀਂ ਗੁਰੂ ਘਰਾਂ ਬਾਰੇ ਗਲਤ ਨਹੀਂ ਬੋਲਦੇ, ਕਿਉਂਕਿ ਗੁਰੂ ਘਰ ਤਾਂ ਸਾਡੀ ਵੀ ਜਿੰਦ ਜਾਨ ਆ, ਅਸੀਂ ਉਹਨਾਂ ਤੋਂ ਹੀ ਉੱਥੋਂ ਹੀ ਪੈਦਾ ਹੋਏ ਹੋਏ ਹਾਂ। ਜਿਹੜੇ ਗੁਰੂ ਘਰਾਂ ਦੇ ਪ੍ਰਬੰਧਕ ਆ ਨਾ ਜੀ, ਮਹਾਂ ਜਿਹੜੇ ਇਸ ਟਾਈਮ ਜਿਨ੍ਹਾਂ ਨੇ ਕਬਜ਼ਾ ਕੀਤਾ ਹੋਇਆ, ਉਹਨਾਂ ਦੇ ਅਸੀਂ ਖਿਲਾਫ ਹਾਂ। ਜੇ ਉਹ ਅਵੇਅਰ ਹੋਣ, ਆਹ ਹਾਲਾਤ ਨਾ ਹੋਣ ਸਾਡੀਆਂ ਮਾਵਾਂ ਦੇ, ਜੇ ਪੰਜਾਬ ਦੇ ਵਿੱਚ 5-7 ਹੋਸਪਿਟਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੋਲ੍ਹੇ ਜਾਣ, ਜਿੱਥੇ ਲੱਖਾਂ ਕਰੋੜਾਂ ਅਰਬਾਂ ਦਾ ਇਨਕਮ ਆ ਫਰੀ ਦੇ ਵਿੱਚ, ਜਿੱਥੇ ਇੱਦਾਂ ਦੇ ਇਨਸਾਨਾਂ ਦਾ ਇਲਾਜ ਹੋ ਸਕੇ, ਆਹ ਸਾਰੇ ਬੰਦੇ ਖੜ੍ਹੇ ਆ। ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਚੱਕ ਕੇ ਮਾਤਾ ਨੂੰ ਇਲਾਜ ਲਈ ਲੈ ਕੇ ਨਹੀਂ ਜਾ ਸਕਦਾ, ਕਿਉਂਕਿ ਜੇ ਸਿਵਲ 'ਚ ਲੈ ਕੇ ਜਾਣਗੇ ਉਹਨਾਂ ਨੇ ਦਾਖਲ ਹੀ ਨਹੀਂ ਕਰਨਾ। ਜੇ ਧੱਕੇ ਨਾਲ ਕਰਾ ਦੇਣਗੇ ਸਵੇਰ ਨੂੰ, ਫਿਰ ਕੱਢ ਕੇ ਬਾਹਰ ਮਾਰਦੇ ਆ ਉਹ, ਅਤੇ ਹੋਰ ਕਿੱਥੇ ਲੈ ਕੇ ਜਾਊ ਬੰਦਾ? ਉਹਨੇ ਮਾਤਾ ਦੇ ਪੈਸੇ, ਇੱਕ ਆਮ ਇਨਸਾਨ ਜਿਹਦੀ ਤਨਖਾਹ 10-15 ਹਜ਼ਾਰ ਰੁਪਈਆ ਵਾ, ਉਹ ਮਾਤਾ ਨੂੰ ਆਪਦੇ ਘਰੇ ਤਾਂ ਲਿਜਾ ਨਹੀਂ ਸਕਦਾ, ਅਤੇ ਮਾਤਾ ਲਈ ਕੋਈ ਸਿਸਟਮ ਕਿੱਥੇ ਆ? ਜੇ ਸਾਡੇ SGPC ਵੱਲੋਂ ਹੋਸਪਿਟਲ ਖੋਲ੍ਹੇ ਜਾਣ ਇੱਦਾਂ ਦੇ ਜਿੱਥੇ ਫਰੀ ਟ੍ਰੀਟਮੈਂਟ ਹੁੰਦਾ ਹੋਵੇ, ਹਰੇਕ ਬੰਦਾ ਆਪਦੀ ਜ਼ਿੰਮੇਵਾਰੀ ਸਮਝੂਗਾ। ਫਿਰ ਹਰੇਕ ਬੰਦਾ ਇਹਨੂੰ ਚੱਕ ਕੇ ਆਪਣੀ ਗੱਡੀ 'ਚ ਪਾ ਕੇ ਘੱਟੋ ਘੱਟ ਹੋਸਪਿਟਲ ਤਾਂ ਪਹੁੰਚਦਾ ਕਰ ਹੀ ਸਕਦਾ, ਪਰ ਸਾਡੇ ਹੱਥ 'ਚ ਹੀ ਹੈ ਨਹੀਂ ਇਹ ਚੀਜ਼ਾਂ। ਅਸੀਂ ਬੇਨਤੀ ਕਰਦੇ ਹਾਂ ਵੀ ਆਪਾਂ ਅਵੇਅਰ ਹੋਈਏ, ਘੱਟੋ ਘੱਟ ਇੱਦਾਂ ਦੇ ਹਾਲਾਤਾਂ ਦੇ ਵਿੱਚ ਮਰ ਰਹੇ ਇਨਸਾਨਾਂ ਦੀ ਮਦਦ ਲਈ ਅੱਗੇ ਆਈਏ, ਅਤੇ ਨਹੀਂ ਤਾਂ ਉਹ ਦਿਨ ਜ਼ਰੂਰ ਨਹੀਂ ਸਾਡੀਆਂ ਮਾਵਾਂ ਵੀ ਇੱਦਾਂ ਰੁਲਣਗੀਆਂ। ਉਹ ਸਮਾਂ ਦੂਰ ਨਹੀਂ ਜਿੱਦਣ ਸਾਡੇ ਨਾਲ ਵੀ ਇਹ ਹਾਲਾਤ ਪੈਦਾ ਹੋ ਜਾਣਗੇ।
ਇਹ ਵੀ ਮਾਂ ਕਿਸੇ ਚੰਗੇ ਘਰ ਪਰਿਵਾਰ ਦੀ ਆ, ਇਹਦੇ ਮਾਂ ਦੇ ਹੱਥ ਹੱਥ ਪੈਰ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਵੀ ਇਹ ਮਾਂ ਵੀ ਕਿਸੇ ਚੰਗੇ ਪਰਿਵਾਰ 'ਚ ਬੱਚਿਆਂ ਵਾਲੇ ਪਰਿਵਾਰ 'ਚ ਰਹੀ ਆ, ਪਰ ਪਤਾ ਨਹੀਂ ਕਿਹੜੇ ਹਾਲਾਤਾਂ ਕਰਕੇ ਕਿੱਦਾਂ ਇੱਥੇ ਪਹੁੰਚ ਗਈ, ਕਿਵੇਂ ਆਹ ਚੁੰਨੀਆਂ ਪਈਆਂ ਮਾਤਾ ਦੀਆਂ ਰੁਲੀ ਜਾਂਦੀਆਂ, ਸ਼ਾਇਦ ਕੋਈ ਦੇ ਕੇ ਗਿਆ ਹੋਊਗਾ ਸੂਟ ਜਾਂ ਕੋਈ ਮਾਤਾ ਦੇ ਕੋਲੇ ਇੱਥੇ ਰੱਖ ਗਿਆ, ਅੱਗਾ ਸਲਵਾਰ ਪਈ ਆ ਮਾਂ ਦੀ ਵਿਚਾਰੀ ਦੀ, ਆਹ ਸੇਮ ਧੱਗਾ ਮਾਤਾ ਦੀ ਪਾਇਆ ਹੋਇਆ ਵਾ ਸਲਵਾਰ, ਉਹ ਪਈ ਆ, ਆਹ ਵੀਰਾਂ ਨੇ ਦੱਸਦੇ ਆ ਇਹਨਾਂ ਨੇ ਆਹ ਉੱਪਰ ਦਿੱਤੀ ਆ ਚਾਦਰ ਥੱਲਿਓਂ ਬਿਨਾਂ ਕੱਪੜਿਆਂ ਤੋਂ, ਮਾਂ ਇੱਥੇ ਟੋਇਲਟ ਵੀ ਵਿੱਚੇ ਕੀਤੀ ਹੋਈ ਆ, ਹੱਥ ਪੈਰ ਟੋਇਲਟ ਨਾਲ, ਸਿਰ ਦੇ ਵਿੱਚ ਟੋਇਲਟ ਲੱਗੀ ਆ, ਜੂਆਂ ਚਿੱਚੜ ਪਏ ਹੋਏ ਆ, ਕਹਿੰਦੇ ਕੀ ਕੀ ਕਹੀਏ ਅਸੀਂ, ਕਿਹਨੂੰ ਮਾੜਾ ਕਹੀਏ, ਕਿਹਨੂੰ ਨਿੰਦੀਏ, ਖੁਦ ਨੂੰ ਆਪਦੇ ਆਪ 'ਤੇ ਸ਼ਰਮ ਆਉਂਦੀ ਆ ਵੀ ਅਸੀਂ ਇਸ ਸਿਸਟਮ ਦੇ ਸਮਾਜ ਦੇ ਹਿੱਸੇ ਹਾਂ, ਅਸੀਂ ਆਪਦੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਹਾਂ ਵੀ ਅਸੀਂ ਉਸ ਪੰਜਾਬ ਦੇ ਵਿੱਚ ਖੜ੍ਹੇ ਹਾਂ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਸੀ, ਜਿੱਥੇ ਉਹਨਾਂ ਨੇ ਆਪਦਾ ਆਪ ਵਾਰਤਾ ਸਾਡੀ ਖਾਤਰ, ਅੱਜ ਅਸੀਂ ਆਹ ਹਾਲਾਤਾਂ 'ਚ ਪਹੁੰਚਦੇ ਹੋ ਗਏ, ਪਰ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਕਿਸੇ ਦੇ ਕੋਈ ਉਹ ਮਾਂ ਉਹ ਮਾਤਾ ਜੀ ਉਹ ਚੱਕੋ ਕੱਪੜਾ, ਆਹ 108 ਨਿਕਲੀ ਜਾਂਦੀ ਹੈ ਜੀ ਸਾਡੇ, ਉਹ ਹਾਰਨ ਜਿਹਾ ਮਾਰ ਕੇ ਲੰਘੇ ਕੋਲ ਦੀ, ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਂਦਾ, ਮਾਤਾ ਜੀ ਉਹ ਮਾਂ ਫੜੇ ਰਿਤਕ ਬਿਠਾ, ਉਹ ਮਾਂ ਮਾਂ ਮਾਤਾ ਜੀ ਨਾਮ ਕੀ ਆ ਤੁਹਾਡਾ, ਉਹ ਮਾਤਾ ਜੀ, ਮਾਤਾ ਜੀ ਨਾਮ ਕੀ ਆ, ਮਾਤਾ ਜੀ, ਮਾਤਾ ਜੀ, ਮਾਤਾ ਜੀ ਕੀ ਨਾਮ ਆ ਤੁਹਾਡਾ,